ਸੋ ਹੈਲੋ ਜੀ, ਵੈਲਕਮ ਟੂ ਅਵਰ ਨਿਊ ਵਲੌਗ। ਕਿੱਦਾਂ ਸਾਰੇ? ਅੱਜ ਦਾ ਵਲੌਗ ਨਾਲ ਸਟਾਰਟ ਟ੍ਰੈਕ ਕਰੋ। ਸੋ ਫਿਲਹਾਲ ਵੱਜ ਰਿਹਾ ਦੁਪਹਿਰ ਦੇ 2, ਸੋ ਵਲੌਗ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲਾ। ਸੋ ਕਿੰਨੇ ਦਿਨਾਂ ਤੋਂ ਵਲੌਗ ਲੇਟ ਸਟਾਰਟ ਹੋਇਆ ਸੀ, ਅੱਜ ਸੰਡੇ ਵਲੌਗ ਹੈ, ਸੋ ਛੇਤੀ ਸਟਾਰਟ ਹੋਇਆ। ਸੋ ਫਿਲਹਾਲ ਅੱਜ ਗਰਮੀ ਬੜੀ ਹੋਈ ਪਈ ਹੈ ਯਾਰ, ਅਤੇ ਇੱਦਾਂ ਚੱਲ ਰਿਹਾ ਬਿੱਗ ਬੋਸ ਦੇਖ ਰਿਹਾ ਮੈਂ ਜੀ। ਹੋਰ ਸੁਣਾ ਮੰਮਾ ਜੀ, ਕੀ ਹਾਲ ਚਾਲ? ਮੈਨੂੰ ਵੇਖ ਲਓ ਜੀ, ਨਹੀਂ ਦੁਖੀ ਕਰਦਾ ਤੈਨੂੰ, ਸੁੱਤੇ ਨੂੰ ਸੁੱਤਾ ਰਹੇ। ਅੱਛਾ, ਕਿਵੇਂ ਸਾਰੇ ਦਿਨ ਦੇਖ ਦਿੱਤਾ? ਨਹੀਂ ਛੇੜਦਾ ਤੈਨੂੰ। ਬਾਕੀ ਕੀ ਹੋ ਗਿਆ? ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਜਿਹਨੇ ਨਹੀਂ ਕੀਤਾ ਗਿਵੇ ਵਾਸਤੇ ਥੱਲੇ ਕਮੈਂਟ ਕਰ ਦਿਓ। ਸੋ ਜਿਹੜੇ ਗਿਵੇ ਕਰਨਗੇ ਉਹਨਾਂ ਨੂੰ ਵਿੱਚੋਂ ਕਿਸੇ ਨੂੰ ਗਿਵੇ, ਮਤਲਬ ਜਿਹੜੇ ਕਮੈਂਟ ਕਰਨਗੇ, ਸ਼ੇਅਰ ਕਰਨਗੇ, ਸਬਸਕ੍ਰਾਈਬ ਕਰਨਗੇ, ਉਹਨਾਂ ਨੂੰ ਗਿਵੇ ਮਿਲ ਜੂਗਾ। ਫਸਟ 100 ਸਬਸਕ੍ਰਾਈਬਰਸ ਅਤੇ ਮੋਸਟਲੀ ਕਮੈਂਟ ਵਾਲਿਆਂ ਨੂੰ ਮਿਲੂਗਾ, ਅਤੇ ਹੁਣ ਰੀਸੈਂਟ ਵਿੱਚੋਂ ਚੱਕਾਂਗੇ ਅਸੀਂ। ਸੋ ਬਸ ਜ਼ਿਆਦਾ ਜ਼ਿਆਦਾ ਕਮੈਂਟ 'ਤੇ ਸਬਸਕ੍ਰਾਈਬ ਕਰ ਦਿਉ, ਅਤੇ ਮੇਰੇ ਇੰਸਟਾਗ੍ਰਾਮ ਐਡ ਥੱਲੇ ਸ਼ੋਅ ਹੋ ਰਹੀ ਹੋਊਗੀ, ਉੱਥੇ ਜਾ ਕੇ ਮੈਸੇਜ ਕਰ ਦਿਉ ਮੈਨੂੰ, ਅਤੇ ਉੱਥੇ ਗਿਵੇ ਵਿਨ ਕਰਨ ਦੇ ਤੁਹਾਡੇ ਚਾਂਸ ਜ਼ਿਆਦਾ ਹੋ ਜਾਣਗੇ। ਜੀ ਕਿਆ ਕਰ ਰਹੇ ਹੋ ਜੀ? ਮਹਿੰਦੀ ਲਗਾਈ ਜਾ ਰਹੀ ਹੈ? ਕੱਲ੍ਹ ਤਾਂ ਲਾਈ ਸੀ ਅਜੇ, ਕੱਲ੍ਹ ਇੱਥੋਂ ਇੱਥੋਂ ਤੀਕਰ ਲਾਈ ਸੀ, ਫਿਰ ਅੱਜ ਮੇਰਾ ਫਿਰ ਜੀ ਕਰਨ ਲੱਗ ਗਿਆ, ਮੈਂ ਉੱਪਰੋਂ ਵੀ ਲਾ ਲਾਂਗਾ। ਕੱਲ੍ਹ ਨੂੰ ਜੀ ਕਰਿਆ ਇੱਥੇ ਦੁਬਾਰਾ ਲਾਣੀ ਹੈ? ਫਿਰ ਮੰਮੀ ਦੇ ਲਾ ਲਾਂਗੇ। ਚਲੋ, ਕੱਲ੍ਹ ਲਾਈ ਸੀ। ਫਿੱਕੀ ਜੀ ਪੈ ਗਈ? ਚੜੀ ਹੈ ਫਿੱਕੀ, ਕਿੱਥੇ ਪੈ ਗਈ? ਆ ਜੇ ਇੱਥੋਂ, ਫਿੱਕੀ ਨਹੀਂ ਹੈ, ਡਿਜ਼ਾਈਨ ਹੈ। ਅੱਛਾ, ਸੋ ਫਿਲਹਾਲ ਗਾਈਸ ਅੱਜ ਦਾ ਦਿਨ ਵੀ ਬੋਰਿੰਗ ਹੈ, ਸਿਰ ਦੀ ਧਰੀ ਆ। ਐਂਡ ਵੱਡਾ ਪਤੰਗ, ਵੱਡਾ ਪਤੰਗ ਦੇਖਿਓ ਆ ਵੇਖੋ, ਜਮਾਂ ਫਟਣ ਵਾਲੀ ਹਾਲਤ ਹੈ, ਫਟਿਆ ਹੀ ਪਿਆ, ਕੀ ਕਰੀਏ? ਇਹਦੇ ਪਤਾ ਨਹੀਂ ਕੀ ਹੋਇਆ, ਕੀ ਹੋਇਆ ਤੇਰੇ ਦੱਸੀ? ਤੂੰ ਜੋ ਪਤਾ ਨਹੀਂ ਕੀ ਲੱਗਿਆ, ਐਂ ਕਰਦਾ ਰਹਿੰਦਾ ਮੈਂ, ਜਿਵੇਂ ਪਤਾ ਨਹੀਂ ਕੀ ਕੁਛ ਤਾਂ ਕੋਈ ਖਾਈ ਜਾਂਦਾ ਇਹਨੂੰ। ਖੇਡੀ ਖੇਡੀ ਕਰੇਗਾ ਹੈਂ, ਆ ਦੇਖਿਆ ਇਹਨੂੰ ਸਿਰ 'ਤੇ ਕੀ ਮਰਾ, ਰੈੱਡ ਰੈੱਡ ਹੋਇਆ ਪਿਆ ਹੈਗਾ, ਗੰਦਾ 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 ਗੰਦਾ। ਆ ਕੀ ਆ ਕੀ ਆ ਕੀ ਹਰਕਤ ਹੈ, ਆ ਕੀ ਹਰਕਤ ਹੈ ਹੈਂ, ਪਾਗਲ ਲੜਕਾ ਛੱਡ। ਸੋ ਫਿਲਹਾਲ ਮੈਂ ਤਾਂ ਚੱਲੀ ਹਾਂ ਪਿਛਲੀ ਵਾਰ ਮੈਨੂੰ ਖਾਣ ਕੁਛ, ਸੋ ਦੇਖਦੇ ਹਾਂ ਜਾ ਕੇ ਜੇ ਖੁੱਲ੍ਹਾ ਹੁੰਦਾ ਤਾਂ। ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਯਾਰ, ਹੋਰ ਫਿਰ ਅਗਲੀ ਸ਼ੋਅ ਜੀ ਹੋਇਆ ਚਲੋ ਵਧੀਆ। ਹੈਲੋ ਗਾਈਸ, ਖੁੱਲ੍ਹਾ ਚਲੋ ਜੀ, ਰੁਕ ਚੁੱਕਿਆ ਭੋਲੇ ਦੇ, ਐਤਕ ਵੀ ਲੱਗੀ ਜਾਂਦੇ ਤੇਰੇ ਤੋਂ ਲੋਕ ਯਾਰ, ਤੇਰੇ ਨੂੰ ਲੱਗਦਾ ਨੀ, ਖੜ ਜਾ ਕਰੀ ਮਾੜਾ ਹੈਂਡਲ ਸੈੱਟ ਕਰੀ ਯਾਰ, ਆਹ ਫੜ ਤੂੰ ਦੱਬ ਕੇ ਕਰ, ਦੱਬ ਕੇ ਪਿਛਲੀ ਵਾਰ ਵਾਲਾ ਹੀ ਪੰਗਾ ਪਾਇਆ, ਰਾਏ ਤਾਂ ਹੋ ਜਾਂਦਾ ਹੁੰਦਾ ਯਾਰ। ਗੁੱਡ, ਸੋ ਆਹ ਕਰਾਇਆ ਪੀਜ਼ਾ ਕੁਲਚਾ, ਸੋ ਪੀਜ਼ਾ ਕੁਲਚਾ ਕਰਾਇਆ ਇੱਕ ਵਾਰੀ। ਸੋ ਫਿਲਹਾਲ ਆਪਣਾ ਕੁਲਚਾ ਆ ਚੁੱਕਿਆ, ਪੀਜ਼ਾ ਕੁਲਚਾ ਨਾ, ਚਲੋ ਫਿਲਹਾਲ ਫਿਨਿਸ਼ ਕਰਦੇ ਹਾਂ ਅਤੇ ਫਿਰ ਮਿਲਦੇ ਹਾਂ, ਗਰਮ ਬਹੁਤ ਆ ਯਾਰ, ਸੰਡੇ ਟੂ ਸੰਡੇ ਆਉਣਾ ਹੁੰਦਾ ਵੈਸੇ ਤਾਂ। ਚਲੋ, ਸੋ ਫਿਲਹਾਲ ਖਾ ਪੀ ਕੇ ਆ ਚੁੱਕੇ ਹਾਂ ਯਾਰ, ਅਤੇ ਹੁਣ ਚਲਦੇ ਹਾਂ ਘਰੇ। ਹੈਗੀ ਹੈ ਚਾਬੀ? ਚਲੋ ਆ ਦੇ, ਇਨੋਵਾ ਦੇ ਮਗਰ ਕੀ ਲਾ ਰੱਖੀ ਟਰਾਲੀ ਜੀ, ਕੀ ਕਹਿੰਦੇ ਹੁੰਦੇ ਆ, ਨਹੀਂ ਮਗਰ ਲਾ ਰੱਖੀ ਹੈ। ਚੱਲ ਹਾਂ ਅੱਗੇ ਚੱਲ ਕੇ ਦੇਖ, ਕਪੜਾ ਇੱਧਰ ਵੀ ਟਪਾ ਲੈਂਦੇ, ਚੱਲ ਕੋਈ ਨਾ। ਫਿਲਹਾਲ ਘਰ ਜਾ ਕੇ ਮਿਲਦੇ ਆ, ਫੋਨ ਦੀ ਬੈਟਰੀ 5% ਹੈ ਅਤੇ ਸਵਿਚ ਹੋ ਗਿਆ ਤਾਂ ਪੰਗਾ ਪੈਣਾ, ਸੋ ਫਿਲਹਾਲ ਘਰ ਪਹੁੰਚ ਕੇ ਮਿਲਦੇ ਆ।
ਸੋ ਫਿਲਹਾਲ ਇਸ ਘਰੇ ਆ ਚੁੱਕੇ ਸੀਗੇ, ਜਾ ਕੇ ਬੋਲਦੇ ਤੇ ਹਾਂ ਸ਼ੀਰੋ ਕਿਊਟ ਜਿਹਾ ਮੂੰਹ ਬਣਾ ਕੇ ਖੜ ਜਾਂਦਾ ਕੋਲੇ, ਕਿੱਡਾ ਸੋਹਣਾ ਜਿਹਾ ਲੱਗਦਾ। ਚੱਲ ਫਿਰ ਫੋਨ ਦੀ ਬੈਟਰੀ ਸਿਰਫ 4% ਹੈ ਅਤੇ ਚਾਰਜ ਲਾ ਦਿੰਦੇ ਹਾਂ, ਸੋ ਬਸ ਚਾਰਜ ਲਾਉਂਦੇ ਹਾਂ। ਹੋਰ ਕੀ ਹੈ, ਗੱਡੀ ਵਿੱਚ ਭੈ ਜਾ ਵੀ ਕਿਸੋਲ ਚੱਲੀ ਹੈ ਮੇਰੀਆਂ ਬਾਹਾਂ ਦੇ।